ਸਮੁਦਾਇਕ ਕਾਰ ਸੇਵਾ ਸਰਹਾਲੀ ਵੱਲੋਂ ਗੁਰਦੁਆਰਾ ਗੁਰਪ੍ਰੀ ਸਾਹਿਬ ਵਿਖੇ ਸੇਵਾ ਦੇ ਮੁਜੱਸਮੇ ਸ੍ਰੀ ਮਨ ਸੰਤ ਬਾਬਾ ਤਾਰਾ ਸਿੰਘ ਜੀ ਤੇ ਸ੍ਰੀ ਮਨ ਸੰਤ ਬਾਬਾ ਚਰਨ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ਨੂੰ ਮਨਾਉਂਦੇ ਆ। ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਮੁਖੀ ਸ੍ਰੀ ਮਨ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਜ਼ਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ। ਇਸ ਮੌਕੇ ਬਾਬਾ ਸੁੱਖਾ ਸਿੰਘ ਜੀ ਨੇ ਦੱਸਿਆ ਕਿ ਸੰਪਰਦਾਇ ਵੱਲੋਂ ਮਹਾਂਪੁਰਸ਼ਾਂ ਦੇ ਦੱਸੇ ਮਾਰਗ ਦੇ ਚੱਲਦਿਆਂ ਸਮਾਜ ਭਲਾਈ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਲਗਭਗ 70 ਦੇ ਕਰੀਬ ਲੋੜਵੰਦ ਜੋੜਿਆਂ ਦੀਆਂ ਸਮੂਹਿਕ ਸ਼ਾਦੀਆਂ ਕੀਤੀਆਂ ਗਈਆਂ ਹਨ ਅਤੇ ਇਹਨਾਂ ਨੂੰ ਸੰਪਰਦਾਇ ਵੱਲੋਂ ਜ਼ਰੂਰਤ ਦਾ ਸਨਮਾਨ ਵੀ ਦਿੱਤਾ ਜਾਵੇਗਾ। ਜੋ ਮਹਾਂਪੁਰਸ਼ਾਂ ਦੀ ਬਰਸੀ ਹਰ ਸਾਲ 1 ਜਨਵਰੀ ਨੂੰ ਮਨਾਈ ਜਾਂਦੀ ਹੈ ਕਿਉਂਕਿ ਮਹਾਂਪੁਰਸ਼ਾਂ ਜਿਹੜਾ ਜੀਵਨ ਸੀ ਉਹ ਸਮਾਜ ਸੇਵਾ ਨੂੰ ਸਮਰਪਿਤ ਸੀ। ਗੁਰਧਾਮਾਂ ਦੀ ਕਾਰ ਸੇਵਾ ਕਰਵਾਉਣੀ, ਗੁਰੂ ਕੇ ਲੰਗਰ ਲਵਾਉਣੇ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ, ਜਿਹੜੇ ਕੱਚੇ ਰਸਤੇ ਉਹਨਾਂ ਪੱਕਿਆਂ ਕਰਨਾ, ਸਕੂਲ ਕਾਲਜ ਬਣਾਉਣੇ, ਫਿਰ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਮਾਫ਼ ਕਰਨੀਆਂ, ਫਿਰ ਸੰਪਰਦਾਇ ਨੂੰ ਵਿਚਾਰ ਕਰਕੇ 2 ਜਨਵਰੀ ਨੂੰ ਹਰ ਸਾਲ ਗਰੀਬ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕੀਤੀਆਂ ਜਾਂਦੀਆਂ, ਫਿਰ ਉਹਨਾਂ ਨੂੰ ਜਿਹੜਾ ਘਰ 'ਚ ਵਰਤੋਂ ਵਾਲਾ ਸਮਾਨ ਉਹ ਦਿੱਤਾ ਜਾਂਦਾ ਸੰਪਰਦਾਇ ਵੱਲੋਂ। ਕੱਲ੍ਹ ਵੀ ਬਲੱਡ ਡੋਨੇਸ਼ਨ ਕੈਂਪ ਲੱਗਾ ਸੀ, ਅੱਜ ਵੀ ਲੱਗਾ ਵਾ ਅਤੇ ਕੱਲ੍ਹ ਫਿਰ 2 ਜਨਵਰੀ ਨੂੰ ਚੱਲੇਗਾ। 500 ਜਿਹੜਾ ਯੂਨਿਟ ਜਿਹੜਾ ਬਲੱਡ ਜਿਹੜਾ ਡੋਨੇਟ ਕੀਤਾ ਜਾਵੇਗਾ ਸੰਗਤਾਂ ਨੂੰ। ਕਾਫੀ ਸੰਗਤਾਂ ਦਾ ਉਤਸ਼ਾਹ ਵਾ, ਤੁਸੀਂ ਦੇਖ ਹੀ ਰਹੇ ਹੋ, ਲੱਖਾਂ ਦੇ ਲੋਕ ਜਿਹੜੇ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ 'ਚ ਪਹੁੰਚੀਆਂ ਹੋਈਆਂ, ਗੁਰੂ ਕੇ ਲੰਗਰ ਜਿਹੜੇ ਉਹ ਥਾਂ ਪਰ ਥਾਂ ਚੱਲ ਰਹੇ ਨੇ, ਅਲੱਗ ਅਲੱਗ ਥਾਵਾਂ 'ਤੇ ਸੰਗਤਾਂ ਨੇ ਆਪਣੇ ਤਨਦੇਹੀ ਨਾਲ ਸੇਵਾ ਤਨ ਮਨ ਧਨ ਨਾਲ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ, ਉਹ ਤੁਸੀਂ ਸਭ ਦੇਖ ਹੀ ਰਹੇ ਹੋ। ਸਮੂਹ ਲੜਕੀਆਂ ਜਿਹੜੀਆਂ ਸ਼ਾਦੀਆਂ ਕੀਤੀਆਂ ਗਈਆਂ, ਤਕਰੀਬਨ 70 ਦੇ ਲਗਭਗ ਲੜਕੀਆਂ ਸ਼ਾਦੀਆਂ 'ਤੇ ਕੀਤੀਆਂ ਗਈਆਂ ਕਿਉਂਕਿ ਗੁਰਮਰਜਾਦ ਅਨੁਸਾਰ ਸਾਹਿਬ ਦੇ ਆਨੰਦ ਕਾਰਜ ਹੋਇਆ। ਅਗਲੇ ਐਤਵਾਰ ਜਿਹੜੇ ਬੱਚਿਆਂ ਨੂੰ ਜਿਹੜਾ ਲੋੜਵੰਦ ਸਮਾਨ ਘਰ ਵਰਤੋਂ ਵਾਲਾ ਉਹ ਦਿੱਤਾ ਜਾਵੇਗਾ।